ਆਓ ਆਪਾਂ ਦੇਖਦੇ ਹਾਂ ਕਿ ਸ਼ੈਤਾਨ ਆਪਣੇ ਹਥਿਆਰਾਂ ਨੂੰ ਜਿਵੇਂ ਵਿਚਾਰ, ਨਸ਼ਾ, ਗੁੱਸਾ, ਚੋਰੀ, ਝੂਠ, ਚੁਗਲੀ, ਸੁਸਤੀ, ਲਾਲਚ, ਜਲਣ ਦੇ ਨਾਲ ਲੋਕਾਂ ਵਿੱਚ ਕਿਵੇਂ ਇਸਤੇਮਾਲ ਕਰਦਾ ਹੈ। ਚਲਤਾ ਹੂੰ ਜਬ ਜ਼ਮੀਨ ਪਰ ਤੁਝੇ ਜ਼ਮੀਨ ਥਰਥਰਾਤੀ ਹੈ, ਅਬਲੀਸ ਕਾ ਨਾਮ ਸੁਣ ਕੇ ਜੇ ਦੁਨੀਆ ਕਾਂਪ ਜਾਂਦੀ ਹੈ। ਓ ਸੱਪ ਦਿਓ ਬੱਚਿਓ, ਆਓ ਇੱਧਰ ਕੱਲਾ ਕੱਲਾ ਆਪਣਾ ਕੰਮ ਦੱਸੋ, ਤੁਸੀਂ ਧਰਤੀ ਤੇ ਕੀ ਕਹਿਰ ਮਚਾਇਆ ਹੈ। ਓ ਸੱਪ ਦਿਓ ਬੱਚਿਓ, ਓ ਬਵਿਚਾਰ, ਮੇਰਾ ਪੁੱਤਰ ਕਿੱਥੇ ਆ? ਹਾਂ ਡੈਡੀ, ਮੇਰਾ ਪੁੱਤਰ ਤੂੰ ਦੱਸ, ਤੇਰੀ ਧਰਤੀ ਤੇ ਕੀ ਰਿਪੋਰਟ ਆ? ਡੈਡੀ ਆਪਣਾ ਕੰਮ ਤਾਂ ਇੱਕ ਨੰਬਰ ਆ, ਇੱਕ ਨੰਬਰ ਪੂਰਾ। ਅੱਛਾ, ਜਿੰਨੇ ਵੀ ਮੁੰਡੇ ਕੁੜੀਆਂ ਚਾਰ ਚਾਰ ਜਾਂਦੇ ਆ, ਉਹਨਾਂ ਨੂੰ ਮੈਂ ਵਚਨ ਵੀ ਨਹੀਂ ਦੱਸਦੀ ਡੈਡੀ। ਬਹੁਤ ਵਧੀਆ, ਬਹੁਤ ਹੋਰ ਦੱਸ ਮੇਰਾ ਡੈਡੀ। ਜਿੰਨੇ ਮੁੰਡੇ ਕੁੜੀਆਂ ਪਰਮੇਸ਼ਵਰ ਦੇ ਵਚਨ ਤੋਂ ਦੂਰ ਆ, ਉਹਨਾਂ ਨੂੰ ਮੈਂ ਪਾਪ ਦੀ ਅੱਗ ਚ ਪਾ ਕੇ ਰੱਖਿਆ ਡੈਡੀ। ਹੋਰ ਹੋਰ ਦੱਸ, ਹੋਰ ਦੱਸ ਮੈਨੂੰ ਡੈਡੀ। ਦੇਖੀ ਇੱਕ ਦਿਨ ਤੇਰਾ ਪੁੱਤ ਤੇਰੇ ਰਾਜ ਲਈ ਵੱਡੀ ਗਰਦੀ ਤਿਆਰ ਕਰੂ ਡੈਡੀ। ਡੈਡੀ ਅਸੀਂ ਜਿੱਥੇ ਵੀ ਜਾਂਦੇ ਹਾਂ, ਜਿਹਦੇ ਵਿੱਚ ਵੀ ਜਾਂਦੇ ਹਾਂ, ਉਹ ਸਾਨੂੰ ਯਸੂ ਨਾਚ ਕਰ ਦਿੰਦਾ। ਬਵਿਚਾਰ, ਉਹਦਾ ਨਾਮ ਨੀ ਲੈਣਾ। ਉਹ ਤੁਸੀਂ ਕੀ ਉਹਦਾ ਨਾਮ ਸੁਣ ਕੇ ਤਾਂ ਮੈਨੂੰ ਵੀ ਪਤਾ ਨੀ ਕੀ ਹੋਇਆ, ਮੈਨੂੰ ਸਦਬੁੱਧ ਨੀ ਰਹਿੰਦੀ। ਓਏ ਅੱਗੇ ਦੁਨੀਆ ਦਾ ਨਾਮ ਲੈਣਾ, ਮੈਨੂੰ ਨਫ਼ਰਤ ਆ ਆਤਮਕ ਲੋਕਾਂ ਤੋਂ, ਆਤਮਕ ਸੰਤਾਂ ਤੋਂ। ਉਹ ਮੇਰਾ ਪੁੱਤ ਨਸ਼ਾ ਕਿੱਥੇ ਆ? ਨਸ਼ੇ ਤੇਰੀ ਧਰਤ ਕੀ ਰਿਪੋਰਟ ਆ ਮੈਨੂੰ ਦੱਸ। ਜਿੰਨੀਆਂ ਵੀ ਕੁੜੀਆਂ ਨੇ, ਜਿੰਨੇ ਵੀ ਮੁੰਡੇ ਨੇ, ਮੈਂ ਹੀ ਆ ਉਹਨਾਂ ਨੂੰ ਨਸ਼ਾ ਕਰਨ ਦੇਣ ਵਾਲਾ, ਨਿੱਕੇ ਤੋਂ ਲੈ ਕੇ ਬਜ਼ੁਰਗਾਂ ਤੱਕ। ਮੇਰਾ ਪੁੱਤ ਇੱਥੇ ਇੱਥੇ ਬਸ ਇੱਥੇ ਰੱਖਣਾ, ਠੀਕ ਆ? ਸ਼ਾਬਾਸ਼ ਸ਼ਾਬਾਸ਼। ਮੇਰਾ ਪੁੱਤ ਕ੍ਰੋਧ ਕਿੱਥੇ ਆ? ਬਹੁਤ ਟਾਈਮ ਹੋ ਗਿਆ ਉਹਨੂੰ ਵੀ ਨੀ ਮੈਂ ਦੇਖਿਆ। ਆ ਪੁੱਤ ਕ੍ਰੋਧ ਕਿੱਥੇ ਆ ਤੂੰ? ਜਦ ਪਤੀ ਘਰ ਦੇ ਵਿੱਚ ਸ਼ਰਾਬ ਪੀ ਕੇ ਆਂਦਾ, ਮੈਂ ਉਹਦੇ ਸਿਰ ਤੇ ਸਵਾਰ ਹੋ ਜਾਂਦਾ। ਮੇਰੀ ਸ਼ੈਤਾਨੀ ਖੋਪੜੀ ਦੇ ਵਿੱਚ ਏਦਾਂ ਦੀਆਂ ਸ਼ੈਤਾਨੀ ਹਰਕਤਾਂ ਆ ਰਹੀਆਂ ਜਿਹਨੂੰ ਸੁਣ ਕੇ ਤੂੰ ਵੀ ਖੁਸ਼ ਹੋਵੇਗਾ ਤੇ ਮੇਰਾ ਰਾਜ ਵੀ ਵਧੇਗਾ। ਰੋਦੇ ਹੁਣ ਨਵਾਂ ਸਾਲ ਜੋ ਆ ਗਿਆ, ਤੂੰ ਆ ਜਿੰਨੇ ਵੀ ਲੋਕ ਬੈਠੇ ਆ, ਤੂੰ ਇਹਨਾਂ ਦੇ ਘਰਾਂ 'ਚ ਤੇਰੀ ਫੈਮਿਲੀ 'ਚ ਕੰਮ ਕਰਨਾ ਆ, ਤਾਂ ਕਿ ਜੋ ਇਹਨਾਂ ਦੀ ਬਰਕਤਾਂ ਰੱਖੀਆਂ ਆ ਉਹ ਇਹਨਾਂ ਤੋਂ ਦੂਰ ਹੋ ਜਾਣੇ। ਸ਼ਾਬਾਸ਼ ਸ਼ਾਬਾਸ਼ ਮੇਰੇ ਪੁੱਤ, ਸ਼ਾਬਾਸ਼ ਮੇਰੇ ਪੁੱਤ। ਹਾ ਹਾ, ਚੁਗਲੀ ਕਿੱਥੇ ਆ? ਮੇਰੀ ਧੀ ਚੁਗਲੀ, ਮੇਰੀ ਧੀ ਚੁਗਲੀ ਕਿੱਥੇ ਆ? ਹਾਂ ਮੇਰੀ ਧੀ, ਤੂੰ ਦੱਸ, ਤੂੰ ਧਰਤੀ ਤੇ ਕੀ ਕਹਿਰ ਮਚਾਇਆ? ਡੈਡੀ ਮੇਰਾ ਕੰਮ ਧਰਤੀ ਤੇ ਬਹੁਤ ਵਧੀਆ ਚੱਲਦਾ ਆ। ਡੈਡੀ ਜਿੰਨੇ ਵੀ ਲੋਕ ਆ ਕਲੀਸਿਆ ਜਾਂਦੇ ਆ, ਉਹਨਾਂ ਵਿੱਚ ਮੈਂ ਫੁੱਟ ਪਾਈ ਹੋਈ ਆ। ਮੇਰੀ ਪਿਆਰੀ ਧੀ, ਬਸ ਤੂੰ ਇੱਥੇ ਹੋਰ ਦੱਸ। ਡੈਡੀ ਪਾਸਟਰ ਪ੍ਰਚਾਰ ਕਰਦੇ
ਜਦੋਂ ਉਹਨਾਂ ਨੂੰ ਮੈਂ ਪ੍ਰਚਾਰ ਨਹੀਂ ਸੁਣਦੀ ਨਹੀਂ ਚੁਗਲੀਆਂ ਵਿੱਚ ਲਾਇਆ ਹੋਇਆ ਹੈ। ਮੇਰੀ ਤੇਰੀ ਮੇਰੀ ਪਿਆਰੀ ਧੀਆ ਤੂੰ ਮੇਰੀ ਪਿਆਰੀ ਧੀ। ਓ ਡੈਡੀ ਜਿੰਨੇ ਵੀ ਜਿਹੜੇ ਪ੍ਰਚਾਰ ਸੁਣ ਕੇ ਜਾਂਦੇ ਆ ਉਹਨਾਂ ਨੂੰ ਮੈਂ ਉਹਨਾਂ ਨੂੰ ਫੜ ਨਹੀਂ ਲੈਣ ਦਿੰਦੀ। ਓ ਫੜ ਉਹਨਾਂ ਦੇ ਗਵਾ ਦਿੰਨੀ ਆ ਡੈਡੀ। ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼। ਓ ਦੇਖੋ ਓ ਦੇਖੋ ਦੋ ਚੁਗਲੀਆਂ ਵਿੱਚ ਲਾਈਆਂ ਹੋਈਆਂ ਨੇ। ਓ ਕਿਹੜੀ ਕਿਹੜੀ ਓੜੀ ਓੜੀ ਓ ਸ਼ਾਬਾਸ਼ ਸ਼ਾਬਾਸ਼ ਮੇਰੀ ਧੀ ਦੇ ਸ਼ਾਬਾਸ਼ ਸ਼ਾਬਾਸ਼। ਮੇਰਾ ਰਾਜ ਵਧੇਗਾ ਇਸ ਧਰਤੀ ਉੱਤੇ। ਉਹ ਰਾਜ ਵਧੇਗਾ ਮੇਰਾ। ਮੇਰੀ ਧੀ ਚੋਰੀ ਕਿੱਥੇ ਆ? ਚੋਰੀ ਮੇਰੀ ਧੀ ਕਿੱਥੇ ਆ? ਹਾਂ ਡੈਡੀ। ਹਾਂ ਮੇਰੀ ਧੀ ਤੂੰ ਦੱਸ ਧਰਤੀ ਤੇ ਕੀ ਕਹਿਰ ਮਚਾਇਆ? ਡੈਡੀ ਮੈਂ ਧਰਤੀ ਤੇ ਬਹੁਤ ਵੱਡੇ ਵੱਡੇ ਕੰਮ ਕਰਦੀ ਹਾਂ। ਸਭ ਤੋਂ ਪਹਿਲਾਂ ਮੈਂ ਆਪਣੇ ਕੰਮ ਦੀ ਸ਼ੁਰੂਆਤ ਨਿੱਕੇ ਨਿੱਕੇ ਬੱਚਿਆਂ ਤੋਂ ਕਰਦੀ ਹਾਂ ਤੇ ਉਹਨਾਂ ਨੂੰ ਚੋਰੀਆਂ ਕਰਨਾ ਸਿਖਾਉਂਦੀ ਹਾਂ। ਅੱਛਾ ਹੋਰ ਦੱਸ ਮੇਰੀ ਧੀ। ਡੈਡੀ ਮੈਂ ਨਿੱਕੇ ਬੱਚੇ ਤੋਂ ਲੈ ਕੇ ਬੁੱਢੇ ਤੱਕ ਸਭ ਨੂੰ ਚੋਰੀ ਦੀ ਆਦਤ ਪਾਈ ਹੋਈ ਆ। ਸ਼ਾਬਾਸ਼ ਸ਼ਾਬਾਸ਼। ਮੇਰਾ ਪੋਤਾ ਕਿੱਥੇ ਆ ਕ੍ਰੋਧ? ਉਹ ਬੜੇ ਦਿਨ ਹੋ ਗਏ ਮੈਂ ਉਹਨਾਂ ਪੋਤਾ ਦੇਖਿਆ ਹੀ ਨਹੀਂ। ਕਿੱਥੇ ਆ ਕ੍ਰੋਧ ਮੇਰਾ ਪੋਤਾ? ਉਹ ਲੈ ਕੇ ਆ ਕਿੱਥੇ ਆ ਮੇਰਾ ਪੋਤਾ? ਕਿੱਥੇ ਆ ਕ੍ਰੋਧ? ਉਹ ਪਰਾ ਮਾਰ ਕਿਹੜਾ ਆ ਤੂੰ? ਉਹ ਬੜਾ ਜ਼ਹਿਰੀਲਾ। ਉਹ ਤੇਰੀ ਉਹ ਤਾਂ ਮੇਰੇ ਤੇ ਗਿਆ। ਉਹ ਦੇਖ ਮੇਰੇ ਤੇ ਗਿਆ ਬਹੁਤ ਜੱਫੀ ਦਾ ਵਾਲਾ। ਉਹ ਤੂੰ ਦੱਸ ਧਰਤੀ ਦੇ ਕਿਹੜੀ ਕਰ ਕਹਿਰ ਕਮਾਇਆ ਤੂੰ ਦੱਸ? ਮੈਂ ਛੋਟੇ ਬੱਚਿਆਂ ਨੂੰ ਕਾਰਟੂਨ ਦਿਖਾ ਕੇ ਉਹਨਾਂ ਵਿੱਚ ਦੁੱਧ ਆਤਮਾ ਪਾ ਦਿੰਦਾ। ਜਾਵਾ ਜੇ ਮੇਰੇ ਪੁੱਤ ਦੇ ਮੇਰੇ ਤੇ ਗਿਆ ਮੇਰੇ ਤੇ ਗਿਆ ਮੇਰਾ ਪੋਤਾ। ਮੇਰੀ ਗੱਲ ਸੁਣ, ਧਿਆਨ ਨਾਲ ਮੇਰੀ ਗੱਲ ਸੁਣ। ਜਿੰਨੇ ਵੀ ਛੋਟੇ ਬੱਚੇ ਆ ਉਹਨਾਂ ਨੂੰ ਤੂੰ ਪੜ੍ਹਨ ਨਹੀਂ ਦੇਣਾ। ਉਹਨਾਂ ਨੂੰ ਤੂੰ ਮੋਬਾਈਲਾਂ 'ਤੇ ਲਗਾਈ ਰੱਖਣਾ। ਉਹਨਾਂ ਨੂੰ ਤੂੰ ਕਾਰਟੂਨ ਦਿਖਾਈ ਰੱਖਣੇ ਆ। ਉਹਨਾਂ ਨੂੰ ਤੂੰ ਫੇਲ ਤੇ ਫੇਲ ਕਰਾਈ ਜਾਣਾ ਆ। ਸ਼ਾਬਾਸ਼ ਹੈ ਮੇਰਾ ਪੋਤਾ, ਸ਼ਾਬਾਸ਼ ਹੈ। ਉਹ ਮੈਂ ਨਵੀਂ ਨਵੀਂ ਇੱਕ ਧੀ ਆਪਣੀ ਭੇਜੀ ਸੀ ਧਰਤੀ ਤੇ। ਕੀ ਉਹਦਾ ਨਾਮ ਸੀ? ਟਿਕਟੋਕ ਕੀ ਸੀ ਉਹਦਾ ਨਾਮ? ਓ ਆਹੋ ਆਹੋ ਮੇਰੀ ਧੀ ਤੂੰ ਹੀ ਟੋਕ। ਤੂੰ ਦੱਸ ਤੂੰ ਧਰਤੀ ਤੇ ਕੀ ਕਹਿਰ ਕਮਾਇਆ? ਮੈਂ ਨਵੀਂ ਨਵੀਂ ਨਹੀਂ, ਮੈਂ ਤਾਂ ਸਾਰਿਆਂ ਨੂੰ ਪਿੱਛੇ ਛੱਡ ਦਿੱਤਾ। ਸ਼ਾਬਾਸ਼ ਹੈ ਮੇਰੀ ਧੀ ਦੇ। ਉਹ ਕਿੱਦਾਂ ਦੱਸ ਮੈਨੂੰ ਮਾੜਿਆ ਖੋਲ ਕੇ? 500 ਮਿਲੀਅਨ ਲੋਕਾਂ ਨੇ ਤਾਂ ਮੈਨੂੰ ਡਾਊਨਲੋਡ ਕੀਤਾ ਹੋਇਆ ਹੈ। ਓਏ ਸ਼ਾਬਾਸ਼ ਹੈ ਸ਼ਾਬਾਸ਼ ਹੈ। ਹੋਰ ਦੱਸ। ਮੈਂ ਤਾਂ ਚਰਚ ਵਾਲੇ ਲੋਕਾਂ ਨੂੰ ਵੀ ਆਪਣੇ ਚੱਕਰਾਂ 'ਚ ਪਾਇਆ ਹੋਇਆ ਆ। ਕੱਲਾ ਕੱਲਾ ਆਪਣੇ ਫੋਨਾਂ 'ਚ ਟਿਕਟੋਕ ਭਰੀ ਫਿਰਦਾ ਆ ਤੇ ਲਗੋ ਲਗੋ ਲੋਕ ਲਗਾਏ ਹੋਏ ਆ ਉਹਨਾਂ ਨੇ। ਓ ਸ਼ਾਬਾਸ਼ ਹੈ ਮੇਰੀ ਧੀ ਦੇ। ਹੋਰ ਦੱਸ। ਮੈਂ ਤਾਂ ਸਾਰਿਆਂ ਦਾ ਟਾਈਮ ਖਰਾਬ ਕੀਤਾ ਹੋਇਆ ਆ। ਲੋਕ ਤਾਂ ਆਪਣੀਆਂ ਸੁਸਾਈਡ ਵੀਡੀਓ ਵੀ ਬਣਾਉਂਦੇ ਆ, ਮਰਨ ਦਾ ਨਾਟਕ ਕਰਦੇ ਆ, ਗਲਤ ਸੌਂਗਾਂ ਤੇ ਆਪਣੀਆਂ ਵੀਡੀਓ ਬਣਾਉਂਦੇ ਤੇ ਬੋਲ ਵੀ ਬੋਲਦੇ ਗਲਤ। ਸ਼ਾਬਾਸ਼ ਹੈ ਮੇਰੀ ਧੀ। ਮੈਨੂੰ ਤੇ ਤੋਂ ਇਹੀ ਉਮੀਦ ਸੀ। ਹੁਣ ਤੂੰ ਧਰਤੀ ਉੱਤੇ ਬਸ ਇੱਥੇ ਹੀ ਕਹਿਰ ਕਮਾਉਣਾ, ਇੱਥੇ ਤੂੰ ਜਾ ਕੇ ਬਸ ਇੱਥੇ ਲੋਕਾਂ ਨੂੰ ਮਗਰ ਲਾਉਣਾ। ਇਹ ਤਾਂ ਕੁਝ ਨਹੀਂ ਡੈਡੀ, ਹਜੇ ਤਾਂ 500 ਮਿਲੀਅਨ ਹੋਇਆ, ਮੈਂ 500 ਬਿਲੀਅਨ ਵਿੱਚ ਲੈ ਕੇ ਜਾਊਂਗੀ। ਓ ਵੱਲਾ ਮੇਰੀ ਧੀ, ਸ਼ਾਬਾਸ਼ ਹੈ ਸ਼ਾਬਾਸ਼ ਹੈ। ਇੱਥੇ ਬਸ ਤੂੰ ਇੱਥੇ ਲੋਕਾਂ ਦੇ ਉੱਪਰ ਚਵਾ ਕੇ ਇੱਥੇ ਤੂੰ ਉਹਨਾਂ ਨੂੰ ਮਗਰ ਲਾਈ ਰੱਖਣਾ ਆ। ਤੂੰ ਦੇਖੀ ਡੈਡੀ, ਮੈਂ ਇਹਨਾਂ ਦੇ ਉੱਤੇ ਇਦਾਂ ਦਾ ਚੱਕਰ ਪਾਉਂਗੀ, ਤੇਰੇ ਰਾਜ ਲਈ ਇਹਨਾਂ ਨੂੰ ਤਿਆਰ ਕਰੂੰਗੀ ਤੇ ਇਹਨਾਂ ਦੇ ਓ ਸ਼ਾਬਾਸ਼ ਹੈ ਮੇਰੀ ਧੀ ਦੇ। ਤੂੰ ਮੇਰਾ ਦਿਲ ਖੁਸ਼ ਕਰ ਦਿੱਤਾ ਮੇਰੀ ਧੀਏ, ਖੁਸ਼ ਕਰਤਾ ਤਾ ਮੈਨੂੰ। ਹਾ 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 ਓ ਮੇਰੀ ਧੀ ਝੂਠ ਕਿੱਥੇ ਆ? ਉਹ ਜਿਹੜਾ ਮੈਨੂੰ ਪੈਰ ਰੱਖਣ ਦੇ ਲਈ ਜਗ੍ਹਾ ਦਿੰਦਾ ਮੈਂ ਉੱਥੇ ਵੱਡਾ ਬੰਗਲਾ ਬਣਾ ਲੈਂਦਾ ਆ। ਥੋੜਾ ਜਿਹਾ ਮਿੱਠਾ ਦੇ ਕੇ ਮੈਂ ਉਹਨਾਂ ਜੀਵਨਾਂ ਦੇ ਵਿੱਚ ਜ਼ਹਿਰ ਭਰ ਦਿੰਦਾ ਆ। ਅਬਲੀਸ ਸਾਹਿਬ ਅਬਲੀਸ, ਉਹ ਕਿੱਥੇ ਆ ਝੂਠ ਦੀ ਪਾਂਡੇ? ਕਿੱਥੇ ਆ ਝੂਠ ਦੀ ਪਾਂਡੇ? ਇੱਧਰ ਆ। ਏਦਾਂ ਬੋਲੀ ਆਪਣੇ ਪਿਓ ਨੂੰ? ਤੈਨੂੰ ਬੋਲਣਾ ਨਹੀਂ ਆਉਂਦਾ? ਤੂੰ ਦੱਸ ਤੂੰ ਧਰਤੀ ਕੀ ਕਹਿਰ ਕਮਾਇਆ? ਪਰਸੋਂ ਤਾਂ ਦੱਸਿਆ ਸੀ। ਪਰਸੋਂ ਦੱਸਿਆ ਸੀ? ਮੈਨੂੰ ਕਦੋਂ ਦੱਸਿਆ? ਦੱਸ ਮੈਨੂੰ। ਦੱਸਿਆ ਤਾਂ ਸੀ ਪਰਸੋਂ। ਮੇਰੇ ਨਾਲ ਝੂਠ ਮੋਰੀ ਜਾਂਦੀ ਆ ਆਪਣੇ ਪਿਓ ਨਾਲ ਹੀ? ਜਦੋਂ ਪਿਓ ਝੂਠ ਬੋਲਦਾ ਮੈਂ ਵੀ ਤਾਂ ਝੂਠ ਹੀ ਬੋਲਦਾ। ਮੇਰੀ ਬੇਇੱਜ਼ਤੀ ਖਰਾਬ ਕਰ ਜਾਂਦੀਆਂ ਨੇ ਲੋਕਾਂ ਸਾਹਮਣੇ। ਚੱਲ ਚੱਲ ਤੂੰ ਮੈਨੂੰ ਸਹੀ ਸਹੀ ਦੱਸ ਕੀ ਰਿਪੋਰਟ ਹੈ ਧਰਤੀ ਦੇ ਉੱਪਰ? ਡੈਡੀ ਮੇਰਾ ਕੰਮ ਧਰਤੀ ਤੇ ਚੱਲਦਾ ਨਹੀਂ, ਮੇਰਾ ਕੰਮ ਤਾਂ ਦੌੜਦਾ ਡੈਡੀ। ਪਤਾ ਮੈਂ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਨੂੰ ਝੂਠ ਬੋਲਣਾ ਸਿਖਾਇਆ। ਪਤਾ ਬੱਚੇ ਸਕੂਲ ਛੁੱਟੀ ਕਰਨ ਦੇ ਮਾਰੇ ਬਹਾਨੇ ਲਾ ਦਿੰਦੇ ਆ, ਆ ਮੇਰਾ ਢਿੱਡ ਦੁਖਦਾ ਆ, ਆ ਮੇਰਾ ਸਿਰ ਦੁਖਦਾ ਆ, ਤੇ ਸਕੂਲੋਂ ਛੁੱਟੀ ਕਰ ਲੈਂਦੇ ਆ। ਓ ਮੇਰੀ ਪਿਆਰੀ ਧੀ, ਬਸ ਹੋਰ ਦੱਸ ਹੋਰ।
ਇਥੋਂ ਤੱਕ ਕਿ ਮੈਂ ਲੋਕਾਂ ਨੂੰ ਇੰਨਾ ਝੂਠ ਬੋਲਣਾ ਸਿਖਾਇਆ, ਚਰਚ ਵਿੱਚ ਪਾਸਟਰ ਦੇ ਸਾਹਮਣੇ ਵੀ ਝੂਠ ਬੋਲਣ ਤੋਂ ਨਹੀਂ ਡਰਦੇ, ਕਹਿ ਦਿੰਦੇ ਮੈਂ 5 ਮਿੰਟ ਵਿੱਚ ਆਇਆ, ਸਾਰਾ ਸਾਰਾ ਦਿਨ ਹੀ ਨਹੀਂ ਬੋਲਦੇ। ਸ਼ਾਬਾਸ਼ ਮੇਰੀ ਧੀ ਦੇ, ਸ਼ਾਬਾਸ਼। ਓਹ ਇਹ ਮੇਰੇ ਪਿਆਰੇ ਬੱਚੇ ਆ, ਉਹ ਜੋ ਮੇਰੇ ਰਾਜ ਨੂੰ ਵਧਾਉਣ ਲਈ ਇੰਨੀ ਮਿਹਨਤ ਕਰ ਰਹੇ ਆ। ਉਹ ਮੇਰੇ ਪਿਆਰੇ ਬੱਚੇ, ਉਹ ਸੁਸਤੀ ਕਿੱਥੇ ਆ? ਸੁਸਤੀ ਮੇਰਾ ਪੁੱਤ, ਸੁਸਤੀ ਕਿੱਥੇ ਆ? ਕਿੱਥੇ ਆ ਮੇਰਾ ਪੁੱਤ ਸੁਸਤੀ? ਆ ਡੈਡੀ, ਵਾਹ ਕੌਣ ਆ ਗਿਆ? ਚੁੱਕੋ ਚੁੱਕੋ ਇਹਨੂੰ। ਕੌਣ ਆ ਤੂੰ? ਮੈਂ ਤੇਰਾ ਪੁੱਤ ਸੋਸਤੀ। ਓ ਮੈਨੂੰ ਵੀ ਸੋਸਤੀ ਬਾ ਛੱਡੀ ਓਏ। ਓ ਤੂੰ ਦੇ ਆਪਣਾ ਹਿਸਾਬ, ਕੀ ਕਰਦਾ ਧਰਤੀ ਤੇ? ਓ ਮੈਂ ਧਰਤੀ ਤੇ ਜਿੰਨੇ ਵੀ ਲੋਕ ਆ ਉਹਨਾਂ ਨੂੰ ਬਚਨ ਨਹੀਂ ਪੜਨ ਦਿੰਦਾ, ਜਦੋਂ ਬਾਈਬਲ ਪੜ੍ਹਦੇ ਆ ਉਹਨਾਂ ਨੂੰ ਸੋਸਤੀ ਪਾ ਦਿੰਦਾ ਆ। ਓ ਸ਼ਾਬਾਸ਼ ਮੇਰੇ ਪੁੱਤ ਦੇ। ਹੋ ਹੋਰ ਦੱਸ। ਉੱਤਾ ਵੀ ਹੁਣ ਸਰਦੀਆਂ ਦਾ ਮੌਸਮ ਆ, ਉਹਨਾਂ ਨੂੰ ਮੈਂ ਰਜਾਈ ਚੋਂ ਹੀ ਨਿਕਲਣ ਦਿੰਦਾ। ਬੱਲੇ ਜਦੋਂ ਚਰਚ ਆਉਂਦੇ ਆ ਮੈਂ ਉਹਨਾਂ ਨੂੰ ਬਚਨ ਨਹੀਂ ਸੁਣਨ ਦਿੰਦਾ, ਮੈਂ ਉਹਨਾਂ ਨੂੰ ਸੋਸਤੀ ਪਾ ਦਿੰਦਾ ਆ। ਓ ਸ਼ਾਬਾਸ਼ ਮੇਰੇ ਪੁੱਤ ਦੇ, ਸ਼ਾਬਾਸ਼। ਬਸ ਤੂੰ ਇੱਦੇ ਕਰਨੀਆਂ, ਮੈਨੂੰ ਲੈ ਜਾਓ ਪਰੇ, ਮੈਨੂੰ ਵੀ ਸੋਸਤੀ ਪਾ ਛੱਡੀ ਆ। ਲੈ ਜਾਓ ਇਹਨੂੰ ਪਰੇ, ਲੈ ਜਾਓ ਇਹਨਾਂ ਦੀ ਸੋਸਤੀ ਪਾ, ਤੂੰ ਮੇਰੇ ਤੋਂ ਦੂਰ ਰਹਿ। ਹੋਰ ਉਹ ਮੇਰੀ ਧੀ ਫੇਸਬੁੱਕ ਕਿੱਥੇ ਆ? ਕਿੱਥੇ ਆ ਮੇਰੀ ਧੀ ਫੇਸਬੁੱਕ? ਹਾਂ ਡੈਡੀ। ਹਾਂ ਧੀ, ਤੂੰ ਦੱਸ ਤੇਰੀ ਧਰਤੀ ਕੀ ਰਿਪੋਰਟ ਆ? ਫੇਸਬੁੱਕ ਜਿਹੜੇ ਸਾਰੇ ਜਵਾਨਾਂ ਦਾ, ਬੁੱਢਿਆਂ ਦਾ ਸਮਾਂ ਖਰਾਬ ਕੀਤਾ ਆ। ਔਰ ਡੈਡੀ ਤੈਨੂੰ ਦੱਸਾਂ, ਸਵੇਰੇ ਉੱਠਦੇ ਪ੍ਰਾਰਥਨਾ ਨਹੀਂ ਕਰਦੇ, ਫੇਸਬੁੱਕ ਚਲਾਉਣ ਲੱਗ ਜਾਂਦੇ ਆ, ਸਕਰੋਲ ਡਾਊਨ। ਸ਼ਾਬਾਸ਼ ਸ਼ਾਬਾਸ਼ ਮੇਰੀ ਧੀ ਦੇ। ਹੋਰ ਡੈਡੀ ਹੋਰ ਦੱਸਦੀ ਆ, ਰਾਤ ਨੂੰ ਸੌਣ ਤੋਂ ਪਹਿਲਾਂ ਵੀ ਪ੍ਰਾਰਥਨਾ ਨਹੀਂ ਕਰਦੇ, ਉਹਨਾਂ ਦਾ ਸਮਾਂ ਮੈਂ ਸਾਰਾ ਫੇਸਬੁੱਕ ਤੇ ਖਰਾਬ ਕਰਦੀ ਆ। ਇੱਦਾਂ ਮੈਂ ਡੈਡੀ ਤੇਰੇ ਰਾਜ ਨੂੰ ਹੋਰ ਵਧਾਊਗੀ, ਤੂੰ ਮੇਰੇ ਰੈਂਕ ਨੂੰ ਵਧਾ। ਤੁਸੀਂ ਸਾਰਿਆਂ ਨੇ ਮਿਲ ਕੇ ਉਹਨਾਂ ਨੂੰ ਚਰਚ ਜਾਣ ਤੋਂ ਰੋਕਣਾ ਆ। ਓ ਬਵਿਚਾਰ। ਹਾਂ ਡੈਡੀ। ਬਵਿਚਾਰ ਮੇਰੇ ਪੁੱਤ, ਮੇਰੀ ਗੱਲ ਸੁਣ, ਤੂੰ ਮੇਰਾ ਐਸਾ ਪੁੱਤ ਆ ਨਾ, ਐਸਾ ਹਥਿਆਰ ਆ ਕਿ ਤੂੰ 1 ਮਿੰਟ ਦੇ ਵਿੱਚ ਉਹਨਾਂ ਨੂੰ ਗਿਰਾ ਸਕਦਾ ਆ। ਤੂੰ ਮੇਰਾ ਵੱਡਾ ਪੁੱਤ, ਐਸਾ ਮੇਰਾ ਹਥਿਆਰ ਆ। ਮੇਰੀ ਗੱਲ ਸੁਣ ਪੁੱਤ। ਹਾਂ ਡੈਡੀ। ਮੈਨੂੰ ਨਫ਼ਰਤ ਆ ਆਤਮਕ ਲੋਕਾਂ ਤੋਂ, ਆਤਮਕ ਸੰਤਾਂ ਤੋਂ। ਤੂੰ ਇਹਨਾਂ ਨੂੰ ਚਰਚ ਜਾਣ ਤੋਂ ਰੋਕਣਾ ਆ। ਜਦੋਂ ਕਿਤੇ ਐਤਵਾਰ ਵਾਲੇ ਦਿਨ, ਬੁੱਧਵਾਰ ਦਿਨ ਚਰਚ ਨਹੀਂ ਜਾਣ ਦੇਣਾ, ਖਾਸ ਕਰਕੇ ਤੂੰ ਇਹਨਾਂ ਨੂੰ ਔਰ ਚਰਚ ਨਹੀਂ ਜਾਣ ਦੇਣਾ। ਓਏ ਡੈਡੀ, ਤੁਸੀਂ ਕਿਹੜੇ ਔਰ ਚਰਚ ਦੀ ਗੱਲ ਕਰ ਰਹੇ ਹੋ ਜਿੱਥੇ ਪਰਮੇਸ਼ਰ ਦਾ ਪਾਠ ਰਮਰੀ ਸੰਧੂ ਆ? ਡੈਡੀ ਓ ਡੈਡੀ ਓ ਓ ਡੈਡੀ ਓ ਕਿਹਦਾ ਨਾਂ ਲੈਤਾ ਤੂੰ? ਓ ਓ ਓ ਪਾਣੀ ਪਿਲਾ ਦੋ। ਕਿਹਦਾ ਨਾਂ ਲੈਤਾ ਤੂੰ? ਉਹ ਤੈਨੂੰ ਤਾਂ ਮੈਂ ਕਿਹਾ ਸੀ ਉਹ ਆਤਮ ਲੋਕਾ, ਤੂੰ ਤਾਂ ਐਡੇ ਤਕੜੇ ਅੱਗ ਦੇ ਗੋਲ ਦਾ ਨਾਂ ਲੈਤਾ। ਤੁਸੀਂ ਦਾ ਕੀ ਉਹਦੇ ਸਾਹਮਣੇ ਦਾ ਮੈਂ ਵੀ ਨਹੀਂ ਚੱਕ ਸਕਦਾ। ਪਵਿੱਚਾਰ ਮੇਰੀ ਗੱਲ ਸੁਣ ਪੁੱਤਰਾ, ਮੇਰੀ ਗੱਲ ਸੁਣ, ਮੇਰੀ ਗੱਲ ਸੁਣ। ਹਾਏ ਉਹ ਮੈਨੂੰ ਉਹ ਕੌਣ ਹੈ? ਮੈਂ ਕੌਣ ਆ? ਡੈਡੀ ਤੂੰ ਸਾਡਾ ਡੈਡੀ ਆ ਡੈਡੀ। ਤੂੰ ਕੌਣ ਆ? ਡੈਡੀ ਮੈਂ ਤੇਰਾ ਵੱਡਾ ਪੁੱਤ, ਮੈਂ ਵੀ ਜਾਣਾ ਡੈਡੀ। ਜਦੋਂ ਉਹ ਸਕਦੇ ਗੋਲੇ ਦਾ ਨਾਮ ਸੁਣਦਾ ਮੈਨੂੰ ਆਪਣਾ ਪਤਾ ਹੀ ਨਹੀਂ ਰਹਿੰਦਾ ਮੈਂ ਕੌਣ ਆ। ਸਾਡਾ ਡੈਡੀ ਆ। ਤੂੰ ਕੌਣ ਆ? ਮੇਰੀ ਗੱਲ ਸੁਣ ਬਬੀਚਾਰ। ਹਾਂ ਡੈਡੀ। ਉਹ ਮੇਰੇ ਪੁੱਤ, ਉਹ ਜਦੋਂ ਕਿਤੇ ਉਹ ਅੱਗ ਦਾ ਗੋਲਾ, ਹਾਏ ਉਹ ਜਦੋਂ ਉਹ ਕਹਿੰਦਾ ਰਸੋਲੀ ਜਾਏ ਰਸੋਲੀ ਜਾਏ, ਮੇਰੇ ਡੈਡੀ ਜੂਰ ਬੇਨ ਵਾਲਾ ਪੈਂਦੀ ਆ। ਡੈਡੀ ਕੰਗਾਲਾ ਵੀ ਨਹੀਂ ਖੁੱਲਾ ਹਲੇ ਤਾਂ, ਕੰਗਾਲੇ ਨੂੰ ਉੱਥੇ ਕੀ ਕਰਨਾ ਹੈ? ਤੈਨੂੰ ਦਵਾਈ ਦਵਾਉਣੀ ਡੈਡੀ। ਉਹ ਜਦੋਂ ਅੱਗ ਦਾ ਗੋਲਾ ਉਹ
ਉਹ ਜਾਦੂ ਅੱਗ ਦਾ ਗੋਲਾ ਫਾਇਰ ਫਾਇਰ ਕਰਦਾ, ਉਹ ਮੈਨੂੰ ਚੱਕ ਚੱਕੋ ਵੱਡੇ ਵੱਡੇ ਪਲਾਂਟਾਂ 'ਚ, ਉਹ ਕਮਾਦੀਆਂ 'ਤੇ, ਉਹ ਸੜਕਾਂ 'ਤੇ ਘੜੀਸਦਾ। ਮੈਂ ਬਥੇਰਾ ਲੁਕਦਾ, ਮੈਂ ਬਥੇਰਾ ਲੁਕਦਾ, ਉਹ ਮੈਨੂੰ ਪੰਜ ਪੰਜ ਸੈਕਿੰਡ ਦਾ ਟਾਈਮ ਦਿੰਦਾ, ਉਹ ਬੰਦਾ ਘਟਕਦਾ ਦਵੇ, ਉਹ ਮੈਨੂੰ ਬਚਣਾ ਪੈਂਦਾ। ਉਹ ਐਡਾ ਵੱਡਾ ਘਰ ਬਣਾਇਆ ਹੁੰਦਾ ਮੈਂ, ਉਹ ਮਸੀਹ ਆਪਣਾ ਸਭ ਕੁਛ ਸਮੇਟਦਾ ਤੇ ਇੱਥੇ ਹੀ ਵੱਜਦਾ ਅਕਵਾਦੀ ਸ਼ੁਰੂ ਹੋਏ। ਉਹ ਵਿਚਾਰ, ਉਹ ਸੋਮਵਾਰ ਨਿਕਲਦਾ, ਉਹ ਮੰਗਲਵਾਰ ਨਿਕਲਦਾ, ਉਹ ਬੁੱਧਵਾਰ ਨੂੰ ਉਹ ਮੇਰੇ ਕੰਨਾਂ 'ਚ ਆਵਾਜ਼ਾਂ ਪੈਂਦੀਆਂ, ਉਹ ਜਾਓ ਜਾਓ ਫਾਇਰ ਫਾਇਰ। ਉਹ ਵਿਚਾਰ, ਤੂੰ ਦੱਸ ਕਿਤੇ ਐਤਵਾਰ ਤਾਂ ਨਹੀਂ? ਨਹੀਂ ਡੈਡੀ। ਉਹ ਮੇਰੇ ਕੰਨਾਂ 'ਚ ਆਵਾਜ਼ਾਂ ਪੈਂਦੀਆਂ, ਜਾਓ ਜਾਓ ਹਾਏ। ਉਹ ਜਦ ਬੁੱਧਵਾਰ ਨਿਕਲਦਾ, ਉਹ ਵੀਰਵਾਰ, ਉਹ ਸ਼ੁੱਕਰਵਾਰ, ਉਹ ਸ਼ੁੱਕਰਵਾਰ ਨੂੰ ਉਹ ਚੇਲੇ ਤਿਆਰ ਕਰਦਾ, ਉਹ ਹੋਰ ਚੇਲੇ ਤਿਆਰ ਕਰਦਾ ਆਪਣੇ ਵਰਗੇ। ਉਹ ਮੈਂ ਕਿੱਧਰ ਜਾਵਾਂ? ਉਹ ਸਾਨੂੰ ਤਾਂ ਜਗ੍ਹਾ ਦੇ ਦਿਓ ਕਿਤੇ। ਉਹ ਉਹ ਨਹੀਂ ਠੜਦਾ, ਮੈਂ ਲੁਕਦਾ ਫਿਰਦਾ। ਉਹ ਤੋਂ ਬਾਅਦ ਜਦ ਸ਼ਨੀਵਾਰ, ਉਹ ਵਿਚਾਰ ਇੱਧਰ, ਸ਼ਨੀਵਾਰ ਨੂੰ ਤਾਂ ਅੱਗ ਦਾ ਗੋਲਾ ਉਹ ਨਾਈਟ ਪ੍ਰੇਅਰ ਕਰਨ ਲੱਗ ਗਿਆ, ਉਹ ਸਾਰੀ ਰਾਤ ਉਹ ਅੱਗ ਅੱਗ ਫਾਇਰ ਫਾਇਰ ਕਰਕੇ ਮੇਰੇ ਬਾਲ ਵੇਖਿਆ। ਉਹ ਮੇਰਾ ਦੰਦ ਪਾਦ ਤਾਂ ਕਹਿ ਵਾਰ ਵਾਰ ਕੇ। ਉਹ ਜਦ ਐਤਵਾਰ ਆਉਂਦਾ, ਆਓ ਆਪਾਂ ਦੇਖਦੇ ਹਾਂ ਕਿ ਪਰਮੇਸ਼ੁਰ ਸ਼ੈਤਾਨ ਦੇ ਹਥਿਆਰਾਂ ਨੂੰ ਆਪਣੇ ਲੋਕਾਂ ਵਿੱਚ ਇਸਤੇਮਾਲ ਹੋਣ ਤੋਂ ਪਵਿੱਤਰ ਆਤਮਾ ਦੇ ਫਲਾਂ ਦੁਆਰਾ ਕਿਵੇਂ ਰੋਕਦਾ ਹੈ। ਕਿਉਂਕਿ ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੇ ਪ੍ਰਤਾਪ ਤੋਂ ਰਹਿ ਗਏ ਹਨ, ਸੋ ਪਰਮੇਸ਼ੁਰ ਦੀ ਕਿਰਪਾ ਨਾਲ ਉਸ ਨਿਸਤਾਰੇ ਦੇ ਕਾਰਨ ਜੋ ਮਸੀਹ ਯੇਸ਼ੂ ਤੋਂ ਹੁੰਦਾ ਹੈ ਉਹ ਸਖ਼ਤ ਧਰਮੀ ਗਿਣੇ ਜਾਂਦੇ ਹਨ। ਬਾਈਬਲ ਵਿੱਚ ਲਿਖਿਆ ਹੈ ਕਿ ਜੋ ਕੋਈ ਪਰਮੇਸ਼ੁਰ ਉੱਤੇ ਵਿਸ਼ਵਾਸ ਕਰੇਗਾ ਪਰਮੇਸ਼ੁਰ ਉਹਨੂੰ ਪਵਿੱਤਰ ਆਤਮਾ ਦੇਵੇਗਾ ਅਤੇ ਪਵਿੱਤਰ ਆਤਮਾ ਦੇ ਫਲ ਉਹਨਾਂ ਲੋਕਾਂ ਵਿੱਚ ਹੋਣਗੇ। ਵਿਭਚਾਰ ਤੋਂ ਰੋਕਣ ਲਈ ਪਵਿੱਤਰ ਆਤਮਾ ਦਾ ਫਲ ਪਵਿੱਤਰਤਾ ਹੀ ਸਹਾਇਤਾ ਕਰਦੀ ਹੈ। ਮੈਂ ਪਵਿੱਤਰਤਾ ਹੀ ਹਾਂ। ਜੋ ਲੋਕ ਪ੍ਰਭੂ ਦੇ ਵਿੱਚ ਬਣੇ ਰਹਿੰਦੇ ਹਨ ਅਤੇ ਉਸਦੇ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਦੇ ਹਨ, ਮੈਂ ਉਹਨਾਂ ਦੇ ਜੀਵਨ ਵਿੱਚ ਆਉਂਦੀ ਹਾਂ ਅਤੇ ਉਹਨਾਂ ਨੂੰ ਵਿਭਚਾਰ ਕਰਨ ਤੋਂ ਰੋਕਦੀ ਹਾਂ। ਨਸ਼ੇ ਤੋਂ ਰੋਕਣ ਲਈ ਪਵਿੱਤਰ ਆਤਮਾ ਦਾ ਫਲ ਸੰਯਮ ਸਹਾਇਤਾ ਕਰਦਾ ਹੈ। ਮੈਂ ਪਵਿੱਤਰ ਆਤਮਾ ਦਾ ਫਲ ਸੰਯਮ ਹਾਂ। ਜੋ ਲੋਕ ਪਰਮੇਸ਼ੁਰ ਦੇ ਵਚਨ ਨੂੰ ਪੜ੍ਹਦੇ ਹਨ ਮੈਂ ਉਹਨਾਂ ਦੇ ਅੰਦਰ ਆਉਂਦੀ ਹਾਂ ਅਤੇ ਉਹਨਾਂ ਨੂੰ ਬਚਾਉਂਦਾ ਹਾਂ। ਜਲਨ, ਚੁਗਲੀ ਤੋਂ ਰੋਕਣ ਲਈ ਪਵਿੱਤਰ ਆਤਮਾ ਦਾ ਫਲ ਪਿਆਰ ਸਹਾਇਤਾ ਕਰਦਾ ਹੈ। ਮੈਂ ਪਵਿੱਤਰ ਆਤਮਾ ਦਾ ਫਲ ਪਿਆਰ ਹਾਂ। ਜਿਵੇਂ ਪ੍ਰਭੂ ਯੇਸੂ ਨੇ ਸਾਰਿਆਂ ਨਾਲ ਪਿਆਰ ਕੀਤਾ, ਉਵੇਂ ਮੈਂ ਲੋਕਾਂ ਨੂੰ ਵੀ ਆਪਣੇ ਦੁਸ਼ਮਣ ਨਾਲ ਪਿਆਰ ਕਰਨਾ ਸਿਖਾਉਂਦੀ ਹਾਂ। ਜਿਨ੍ਹਾਂ ਵਿੱਚ ਮੈਂ ਹੁੰਦਾ ਹਾਂ ਉਹ ਆਪਣੇ ਦੁਸ਼ਮਣ ਨਾਲ ਵੀ ਪਿਆਰ ਕਰਦੇ ਹਨ ਅਤੇ ਚੁਗਲੀ, ਝੂਠ, ਜਲਨ ਤੋਂ ਦੂਰ ਰਹਿੰਦੇ ਹਨ। ਚੋਰੀ ਤੋਂ ਰੋਕਣ ਲਈ ਪਵਿੱਤਰ ਆਤਮਾ ਦਾ ਫਲ ਧੀਰਜ ਸਹਾਇਤਾ ਕਰਦਾ ਹੈ। ਮੈਂ ਪਵਿੱਤਰ ਆਤਮਾ ਦਾ ਫਲ ਧੀਰਜ ਹਾਂ। ਜਿਨ੍ਹਾਂ ਲੋਕਾਂ ਵਿੱਚ ਮੈਂ ਹੁੰਦਾ ਹਾਂ ਉਹ ਹਰ ਹਾਲਾਤ ਵਿੱਚ ਪਰਮੇਸ਼ੁਰ ਵਿੱਚ ਬਣੇ ਰਹਿੰਦੇ ਹਨ ਅਤੇ ਉਹਨਾਂ ਨੂੰ ਕੋਈ ਗਿਰਾ ਨਹੀਂ ਸਕਦਾ। ਸੁਸਤੀ ਤੋਂ ਰੋਕਣ ਲਈ ਪਵਿੱਤਰ ਆਤਮਾ ਦਾ ਫਲ ਪ੍ਰੇਮ ਸਹਾਇਤਾ ਕਰਦਾ ਹੈ। ਮੈਂ ਪਵਿੱਤਰ ਆਤਮਾ ਦਾ ਫਲ ਪਿਆਰ ਹਾਂ। ਜਿਹੜੇ ਲੋਕ ਪ੍ਰਭੂ ਯੇਸੂ ਨੂੰ ਪਿਆਰ ਕਰਦੇ ਹਨ ਉਹ ਨਾ ਠੰਡ ਦੇਖਦੇ ਹਨ
ਤੇ ਨਾ ਗਰਮੀ। ਜਿੰਨੀ ਵੀ ਗਰਮੀ ਹੋਵੇ, ਜਿੰਨੀ ਵੀ ਠੰਡ ਹੋਵੇ, ਉਹ ਪ੍ਰਭੂ ਯਿਸੂ ਦੇ ਭਵਨ ਵਿੱਚ ਆਉਂਦੇ ਹਨ ਤੇ ਨਾ ਉਹ ਕੋਈ ਬਹਾਨਾ ਲਗਾਉਂਦੇ ਹਨ ਤੇ ਨਾ ਉਹਨਾਂ ਵਿੱਚ ਕੋਈ ਸੁਸਤੀ ਕੰਮ ਕਰਦੀ ਹੈ। ਟਿਕਟੋਕ, ਇੰਟਰਨੈਟ, ਫੇਸਬੁੱਕ, ਯੂਟਿਊਬ ਨੂੰ ਰੋਕਣ ਲਈ ਪਵਿੱਤਰ ਆਤਮਾ ਦਾ ਫਲ ਆਨੰਦ ਸਹਾਇਤਾ ਕਰਦਾ ਹੈ। ਮੈਂ ਆਨੰਦ ਹਾਂ ਜੋ ਲੋਕ ਪਰਮੇਸ਼ਵਰ ਦੇ ਨਾਲ ਨਾਲ ਚੱਲਦੇ ਹਨ, ਜੋ ਉਸਦੇ ਵਚਨਾਂ ਦਾ ਪਾਲਣ ਕਰਦੇ ਹਨ। ਮੈਂ ਉਹਨਾਂ ਦੇ ਜੀਵਨ ਵਿੱਚ ਆਉਂਦਾ ਹਾਂ, ਔਰ ਜਿਨ੍ਹਾਂ ਦੇ ਜੀਵਨ ਵਿੱਚ ਪਰਮੇਸ਼ਵਰ ਦਾ ਸੱਚਾ ਆਨੰਦ ਹੈ, ਉਹ ਲੋਕ ਗਲਤ ਚੀਜ਼ਾਂ ਦੇ ਵਿੱਚੋਂ ਆਨੰਦ ਨਹੀਂ ਲੱਭਦੇ। ਮੈਂ ਉਹਨਾਂ ਲੋਕਾਂ ਨੂੰ ਫੇਸਬੁੱਕ, ਟਿਕਟੋਕ, ਇੰਟਰਨੈਟ ਦੇ ਗਲਤ ਇਸਤੇਮਾਲ ਕਰਨ ਤੋਂ ਰੋਕਦਾ ਹਾਂ। ਗੁੱਸੇ ਨੂੰ ਰੋਕਣ ਲਈ ਪਵਿੱਤਰ ਆਤਮਾ ਦਾ ਫਲ ਸ਼ਾਂਤੀ ਸਹਾਇਤਾ ਕਰਦਾ ਹੈ। ਮੈਂ ਪਵਿੱਤਰ ਆਤਮਾ ਦਾ ਫਲ ਸ਼ਾਂਤੀ ਹਾਂ। ਮੈਂ ਜਿਨ੍ਹਾਂ ਵਿੱਚ ਵੀ ਹੁੰਦਾ ਹਾਂ ਉਹ ਪਰਿਵਾਰ ਖੁਸ਼ੀ ਨਾਲ ਅਤੇ ਆਨੰਦ ਨਾਲ ਰਹਿੰਦੇ ਹਨ। ਉਹਨਾਂ ਵਿੱਚ ਕੋਈ ਵੀ ਗੁੱਸਾ ਜਾਂ ਕੋਈ ਵੀ ਲੜਾਈ ਜਾਂ ਕੋਈ ਵੀ ਝਗੜਾ ਕੰਮ ਨਹੀਂ ਕਰਦਾ। ਉਹ ਆਪਸ ਵਿੱਚ ਪਿਆਰ ਨਾਲ ਰਹਿੰਦੇ ਹਨ ਅਤੇ ਉਹਨਾਂ ਦੇ ਘਰਾਂ ਵਿੱਚ ਪਿਆਰ ਅਤੇ ਆਨੰਦ ਹੁੰਦਾ ਹੈ। ਸਭ ਤੋਂ ਵੱਡਾ ਪਰਮੇਸ਼ੁਰ ਦਾ ਅਨੁਗ੍ਰਹਿ ਹੈ ਜਿਹੜਾ ਤੁਹਾਡਾ ਕਮੀਆਂ ਨੂੰ ਵੀ ਦੇਖਦੇ ਤੁਹਾਡੇ ਉੱਤੇ ਦਇਆ ਕਰਦਾ ਹੈ ਅਤੇ ਤੁਹਾਨੂੰ ਆਪਣੇ ਪਹਿਲੌਟੇ ਪੁੱਤਰ ਦੇ ਅਧਿਕਾਰ 'ਤੇ ਗ੍ਰਹਿਣ ਕਰਦਾ ਹੈ ਅਤੇ ਉਧਾਰ ਪ੍ਰਦਾਨ ਕਰਦਾ ਹੈ ਅਤੇ ਅਨੰਤ ਜੀਵਨ ਦਿੰਦਾ ਹੈ।